ਪੰਜਾਬ ਦੀ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੈ। ਇਹ ਸੱਚ ਕਰਕੇ ਦਿਖਾਇਆ ਹੈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੀ 6 ਸਾਲ ਦੀ ਹਰਗੁਣ ਨੇ। ਹਰਗੁਣ ਜਿੱਦਾਂ ਦਾ ਨਾਮ ਉੱਦਾਂ ਹੀ ਕੰਮ। ਹਰਗੁਣ ਯਾਨੀ ਕਿ ਹਰ ਇੱਕ ਗੁਣ। ਜਿੱਥੇ ਅੱਜ ਦੇ ਜਵਾਨ ਕੁੜੀ ਤੇ ਮੁੰਡੇ ਵੈਸਟਰਨ 뮤직 ਨੂੰ ਜ਼ਿਆਦਾ ਪਸੰਦ ਕਰ ਰਹੇ ਨੇ, ਉੱਥੇ ਹਰਗੁਣ ਨੇ ਪੰਜਾਬੀ ਸੱਭਿਆਚਾਰ ਨੂੰ ਬਚਾਏ ਰੱਖਿਆ। ਹਰਗੁਣ ਨੇ ਪੰਜਾਬੀ ਭੰਗੜਾ ਬੋਲੀਆਂ ਅਤੇ ਗਿੱਧੇ ਨੂੰ ਅਪਣਾਇਆ ਹੈ। ਹਰਗੁਣ 3 ਸਾਲ ਦੀ ਉਮਰ ਤੋਂ ਹੀ ਭੰਗੜਾ ਸਿੱਖ ਰਹੀ ਹੈ ਅਤੇ ਗਿੱਧੇ ਨੂੰ ਉਸਨੇ ਅਪਣਾਇਆ ਹੈ। ਹਰਗੁਣ ਨੇ ਲਿਟਲ ਪੰਜਾਬ, ਧੀ ਪੰਜਾਬ ਦੀ, ਭੰਗੜਾ ਬੈਟਲ ਮਾਨ ਪੰਜਾਬ ਦਾ ਜਿਹੇ ਵੱਡੇ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿੱਤਾ ਹੈ। ਭੰਗੜਾ ਬੈਟਲ 2 ਦੀ ਕੰਪੀਟੀਸ਼ਨ ਵਿੱਚ ਕਰੀਬ 55 ਕੰਪੀਟੀਟਰਸ ਨੂੰ ਪਛਾੜ ਕੇ ਭੰਗੜੇ ਦੀ ਟਰਾਫੀ ਜਿੱਤੀ ਹੈ। ਹਰਗੁਣ ਵੱਡੀ ਹੋ ਕੇ ਭੰਗੜਾ ਅਕੈਡਮੀ ਹੀ ਖੋਲਣਾ ਚਾਹੁੰਦੀ ਹੈ। ਜੋ ਹੁਣ ਤੁਸੀਂ ਕੀਤਾ, ਕੀ ਕੀਤਾ ਸੀਗਾ? ਭੰਗੜਾ ਕੀਤਾ ਸੀ। ਹੋਰ ਬੋਲੀਆਂ ਤੇ ਕਿਸ ਤਰ੍ਹਾਂ ਬੇਟਾ ਤੁਸੀਂ ਇਹਨੂੰ ਸ਼ੌਂਕ ਤੁਹਾਨੂੰ ਕਿਵੇਂ ਲੱਗਾ? ਇਹ ਬਹੁਤ ਵਧੀਆ ਸ਼ੌਂਕ ਲੱਗਿਆ। ਤੇ ਕਦੋਂ ਤੋਂ ਖੇਡਦੇ ਆ ਰਹੇ ਕਰਦੇ ਆ ਰਹੇ ਹੋ? 3 ਸਾਲ ਤੋਂ। ਮੰਮੀ ਪਾਪਾ ਸਹਿਯੋਗ ਮਿਲਦਾ ਪਿਆ? ਸਕੂਲ ਜਾਂਦੇ ਹੋ? ਹਾਂਜੀ। ਕਿਹੜੀ ਕਲਾਸ 'ਚ? ਫਸਟ। ਇਸ ਮੌਕੇ ਅਸੀਂ ਹਰਗੁਣ ਦੇ ਪਿਤਾ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਪਣੀ ਬੇਟੀ ਤੇ ਮਾਣ ਮਹਿਸੂਸ ਕੀਤਾ। ਸਾਡੀ ਟੀਮ ਨੂੰ ਦੱਸਿਆ ਕਿ ਮੇਰੀ ਬੇਟੀ 6 ਸਾਲ 6 ਮਹੀਨੇ ਦੀ ਹੈ ਅਤੇ ਇਹ 3 ਸਾਲ ਦੀ ਉਮਰ ਤੋਂ ਹੀ ਯੂਟਿਊਬ ਤੇ ਭੰਗੜਾ ਦੇਖ ਦੇਖ ਕੇ ਸਿੱਖ ਰਹੀ ਹੈ। ਇਸ ਤੋਂ ਬਾਅਦ ਅਸੀਂ ਲੋਕਲ ਅਕੈਡਮੀ ਵਿੱਚ ਇਸ ਨੂੰ ਸਿੱਖਣ ਦੇ ਲਈ ਭੇਜਿਆ। ਉੱਥੇ ਕੁਝ ਖਾਸ ਨਹੀਂ ਸਿੱਖ ਪਾਈ, ਜਿਸ ਤੋਂ ਬਾਅਦ ਅਸੀਂ ਹਰਮਿੰਦਰ ਸਿੰਘ ਮੋੜ ਭੰਗੜਾ ਕੋਚ ਮਿਲੇ, ਜਿਨ੍ਹਾਂ ਨੇ ਆਪਣੀ ਕੜੀ ਮਿਹਨਤ ਤੋਂ ਇਸ ਬੱਚੀ ਨੂੰ ਭੰਗੜੇ ਦੇ ਸਾਰੇ ਸਟੈਪ ਸਿਖਾਏ ਅਤੇ ਇਸ ਤੋਂ ਬਾਅਦ ਇੱਕ ਭੰਗੜਾ ਬੈਟਲ 2 ਦੀ ਵਿੱਚ ਹਿੱਸਾ ਲਿੱਤਾ, ਜਿਸ 'ਚ ਵਿਨਰ ਰਹੀ। ਮੇਰੀ ਬੇਟੀ ਭੰਗੜੇ ਦੇ ਨਾਲ ਨਾਲ ਪੰਜਾਬੀ ਬੋਲੀਆਂ, ਸ਼ਬਦ, ਗੁਰਬਾਣੀ ਕੀਰਤਨ ਦੇ ਨਾਲ ਨਾਲ ਪੇਂਟਿੰਗ ਵੀ ਕਰ ਲੈਂਦੀ ਹੈ। ਉਹਨਾਂ ਨੇ ਕਿਹਾ ਕਿ ਜੋ ਬੇਟੀ ਦਾ ਸੁਪਨਾ ਹੈ ਉਹੀ ਮੇਰਾ ਸੁਪਨਾ ਹੈ। ਮੇਰਾ ਨਾਮ ਚੰਨ ਕਮਲਪ੍ਰੀਤ ਸਿੰਘ ਹੈ ਜੀ। ਕਮਲਪ੍ਰੀਤ ਜੀ, ਬੱਚੇ ਬਾਰੇ ਦੱਸੋ ਕਿ ਕਿੰਨੀ ਏਜ ਉਮਰ ਔਰ ਕਿਸ ਤਰ੍ਹਾਂ ਇਸਨੇ ਪ੍ਰਾਪਤੀ ਕੀਤੀ ਹੈ? ਹਾਂ ਸਰ, ਮੇਰੀ ਬੇਟੀ ਦੀ ਇਸ ਟਾਈਮ ਉਮਰ 6.5 ਸਾਲ ਹੈ ਜੀ। ਬਟ 3 ਸਾਲ ਦੀ ਸੀ ਜਦੋਂ ਇਹਨੂੰ ਭੰਗੜੇ ਦੇ ਵਿੱਚ ਇੰਟਰਸਟ ਸ਼ੁਰੂ ਕਰਤਾ ਸੀ ਆਪਦਾ। ਫਿਰ ਇਹਨੇ ਹੌਲੀ ਹੌਲੀ ਪਹਿਲਾਂ ਯੂਟਿਊਬ ਤੋਂ ਦੇਖ ਕੇ ਸਿੱਖਿਆ, ਆਫਟਰ ਦੈਟ ਫਰੀਦਕੋਟ ਦੀਆਂ ਕਈ ਅਕੈਡਮੀਆਂ ਦੇ ਵਿੱਚ ਇਹਨੂੰ ਲਗਾਇਆ ਸੀਗਾ। ਬਟ ਉੱਥੋਂ ਜੋ ਵਿਨਿੰਗ ਵਾਲੀਆਂ ਪੁਆਇੰਟਸ ਨੇ ਆਪਣੇ ਫਰੀਦਕੋਟ ਸ਼ਹਿਰ ਦੀ ਕਿਸੇ ਵੀ ਅਕੈਡਮੀ ਨੇ ਨਹੀਂ ਸਿਖਾਈਆਂ। ਅਤੇ ਰੀਸੈਂਟਲੀ ਸਾਡੀ ਹਰਿੰਦਰ ਸਰ ਮੋੜ ਸਰ ਨਾਲ ਗੱਲਬਾਤ ਹੋਈ ਸੀਗੀ ਅਤੇ ਇਹਨਾਂ ਨੇ ਆਪਦਾ ਜਿਹੜਾ ਤਜਰਬਾ ਸੀ ਉਹ ਸਾਂਝਾ ਕੀਤਾ, ਬੇਟੀ ਨੂੰ ਤਜਰਬਾ ਪਾਸ ਕੀਤਾ ਔਰ ਉਸ ਤਜਰਬੇ ਦੇ ਕਰਕੇ ਬੇਟੀ ਇਸ ਵਾਰ ਫਸਟ ਆਈ ਹੈ ਜੀ। ਹੋਰ ਕੀ ਸ਼ੌਕ ਨੇ ਬੱਚੇ ਦੇ? ਸਰ, ਬੱਚਿਆਂ ਨੂੰ 뮤직 ਦਾ ਸ਼ੌਂਕ ਹੈ ਜੀ, ਗਾਉਣ ਦਾ ਸ਼ੌਂਕ ਹੈ, ਸ਼ਬਦ ਸਿੱਖ ਰਹੀ ਹੈ ਅੱਜ ਕੱਲ੍ਹ, ਪੇਂਟਿੰਗ ਦਾ ਵੀ ਥੋੜ੍ਹਾ ਸ਼ੌਂਕ ਹੈ ਔਰ ਪੜ੍ਹਾਈ ਦੇ ਵਿੱਚ ਵੀ ਫਸਟ ਹੀ ਆ ਰਹੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ। ਹੁਣ ਤੱਕ ਕਿਹੜੀ ਕਿਹੜੀ ਪ੍ਰਾਪਤੀ ਕਰ ਚੁੱਕੀ ਹੈ? ਸਰ, ਜੇ ਕਨਾਣੀਆਂ ਹੋਣ ਤਾਂ ਜਿੱਦਾਂ ਇੱਥੇ ਤੀਆਂ ਦੇ ਮੇਲੇ ਹੋਏ ਆ, ਉੱਥੇ ਪਾਲ ਸਿੰਘ ਸਮਾਊ ਸਰ ਦੇ ਨਾਲ ਇਹਨੇ ਸਟੇਜ ਸ਼ੇਅਰ ਕੀਤਾ, ਬੋਲੀਆਂ ਪਾਈਆਂ। ਉਸ ਤੋਂ ਬਾਅਦ ਬਠਿੰਡੇ ਪ੍ਰੋਗਰਾਮ ਹੋਇਆ ਸੀ ਲਾਸਟ ਈਅਰ, ਭੰਗੜਾ ਬੈਟਲ, ਪੰਜਾਬੀ ਭੰਗੜਾ ਬੈਟਲ ਸੀ, ਉਸ ਦੇ ਵਿੱਚ ਇਹਦੀ ਸੈਕਿੰਡ ਪੁਜੀਸ਼ਨ ਆਈ ਸੀ ਔਰ ਇਸ ਵਾਰ ਭੰਗੜਾ ਬੈਟਲ ਦੇ ਵਿੱਚ ਇਹਦੀ ਫਸਟ ਪੁਜੀਸ਼ਨ ਆਈ ਹੈ ਔਰ ਇਸ ਤੋਂ ਬਿਨਾਂ ਵੀ ਇਹ ਕਈ ਪ੍ਰੋਗਰਾਮਸ ਦੇ ਵਿੱਚ ਐਜ਼ ਅ ਗੈਸਟ ਪਰਫਾਰਮਰ ਜਾ ਚੁੱਕੀ ਹੈ ਜੀ। ਕੀ ਬਣਨਾ ਕੀ ਚਾਹੁੰਦੀ ਹੈ? ਸਰ, ਹਾਲੇ ਕੁਛ ਭੰਗੜਾ ਦਾ ਇੱਕ ਸ਼ੌਂਕ ਹੋ ਗਿਆ, ਭੰਗੜਾ ਦਾ ਇੱਕ ਸ਼ੌਂਕ ਹੈ ਜੀ। ਅਤੇ ਵੈਸੇ ਇਹਦਾ ਮੇਨ ਪਤਾ ਲੱਗਾ ਅਕੈਡਮੀ ਖੋਲ੍ਹਣਾ? ਹਾਂਜੀ, ਅਕੈਡਮੀ ਖੋਲ੍ਹਣਾ ਚਾਹੁੰਦੀ ਹੈ ਔਰ ਆਪਣੇ ਆਪਣੇ ਤਰ੍ਹਾਂ ਹੋਰ ਆਰਟਿਸਟ ਪੈਦਾ ਕਰਨੇ ਚਾਹੁੰਦੀ ਹੈ ਜੀ। ਇਹ ਰੂਟੀਨ ਕਿਸ ਤਰ੍ਹਾਂ ਪੜ੍ਹਾਈ ਦੇ ਵਿੱਚ, ਕਿਹੜੀ ਕਲਾਸ 'ਚ? ਸਰ, ਇਸ ਵਾਰੀ ਫਸਟ ਕਲਾਸ ਵਿੱਚ ਹੋਈ ਹੈ ਔਰ ਪੜ੍ਹਾਈ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਅੱਵਲ ਹੀ ਆ ਰਹੀ ਹੈ, ਫਸਟ ਹੀ ਆ ਰਹੀ ਹੈ। ਦੋ ਬੇਟੀਆਂ? ਦੋ ਬੇਟੀਆਂ ਜੀ। ਕੀ ਬੇਟੇ ਬੇਟੀ 'ਚ ਕੋਈ ਫਰਕ? ਬਿਲਕੁਲ ਨਹੀਂ ਜੀ, ਮੈਂ ਕਹਿੰਦਾ ਬੇਟੀਆਂ ਜ਼ਿਆਦਾ ਪਿਆਰ ਦਿੰਦੀਆਂ ਔਰ ਪਿਆਰ ਲੈਂਦੀਆਂ ਨੇ ਜੀ। ਲੋਕਾਂ ਨੂੰ ਕੀ ਸੰਦੇਸ਼ ਦੇਵੋਗੇ? ਲੋਕਾਂ ਨੂੰ ਇਹੀ ਸੰਦੇਸ਼ ਦੇਵਾਂਗੇ ਜੀ ਕਿ ਜੇ ਤੁਹਾਡੇ ਬੇਟੀ ਹੈ ਤਾਂ ਸਿਰਫ ਉਹਨੂੰ ਇਸ ਕਰਕੇ ਪਿੱਛੇ ਨਾ ਰੱਖੋ ਕਿ ਉਹ ਬੇਟੀ ਹੈ, ਜੇ ਉਸਦੇ ਵਿੱਚ ਕੋਈ ਟੈਲੈਂਟ ਹੈ ਤਾਂ ਉਸ ਆਪਣੇ ਬੱਚੇ ਨੂੰ ਅੱਗੇ ਲੈ ਕੇ ਆਓ ਔਰ ਧੀਆਂ ਅਤੇ ਪੁੱਤਰਾਂ ਨੂੰ ਬਰਾਬਰ ਸਮਝੋ। ਉੱਥੇ ਹੀ ਹਰਗੁਣ ਦੀ ਮਾਂ ਨੇ ਦੱਸਿਆ ਕਿ ਮੇਰੀ ਬੇਟੀ 3 ਸਾਲ ਦੀ ਉਮਰ ਤੋਂ ਹੀ ਭੰਗੜਾ ਸਿੱਖ ਰਹੀ ਹੈ। ਮੇਰੀ 2 ਬੇਟੀਆਂ ਹੈ, ਜੋ ਮੇਰੀ ਬੇਟੀ ਦਾ ਸੁਪਨਾ ਹੈ ਉਹੀ ਮੇਰਾ ਸੁਪਨਾ ਹੈ। ਸ਼ੁਰੂ ਸ਼ੁਰੂ ਵਿੱਚ ਲੋਕ ਇੱਥੇ ਤੱਕ ਕਹਿੰਦੇ ਸੀ ਕਿ ਕੁੜੀਆਂ ਨੂੰ ਭੰਗੜਾ ਕਿਉਂ ਸਿਖਾ ਰਹੇ ਹੋ, ਪਰ ਮਾਂ ਨੇ ਆਪਣੀ ਬੇਟੀ ਦੀ ਖੁਸ਼ੀ ਦੇਖੀ, ਲੋਕਾਂ ਦੀ ਗੱਲ ਨਹੀਂ ਸੁਣੀ। ਬੇਟੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹੈ। ਮੇਰਾ ਨਾਮ ਹਰਕਿਰਨਦੀਪ ਕੌਰ ਬਰਾੜ ਹੈ। ਮੈਮ, ਤੁਸੀਂ, ਅਸੀਂ ਦੇਖਿਆ ਵੀ ਬੱਚੇ ਨੂੰ ਤੁਸੀਂ ਬੜਾ ਭੰਗੜਾ ਸਿਖਾ ਰਹੇ ਹੋ, ਕੀ ਸੋਚ ਸੀਗੀ? ਸੋਚ ਤਾਂ ਆਪਾਂ ਕੁਛ ਕਹਿ ਨਹੀਂ ਸਕਦੇ, ਪਰ ਜਦੋਂ ਬੱਚੇ ਨੂੰ ਸ਼ੌਂਕ ਸੀਗਾ, ਮੈਂ ਇਹਨਾਂ ਦੇਖਿਆ, ਜਿੱਦਾਂ ਮੇਰੇ 2 ਬੇਟੀਆਂ ਹੈਗੀਆਂ, ਅਤੇ ਇਹ ਕਹਿੰਦੀ ਸੀ ਵੀ ਮੈਨੂੰ ਇੱਦਾਂ ਸੀ ਵੀ ਕਿਸੇ ਗੇਮ ਦੇ ਵਿੱਚ ਪਾਈਏ ਬੱਚੇ ਨੂੰ, ਇਹ ਗੇਮ ਦੇ ਵਿੱਚ ਜਾਵੇ, ਪਰ ਜਦੋਂ ਇਹਦੇ ਪੈਰ ਚੱਲਦੇ ਦੇਖੇ, ਮੈਂ ਸਾਨੂੰ ਗੇਮ, ਮੈਂ ਕੋਚ ਸਾਹਿਬ ਕਹਿੰਦੇ ਵੀ ਨਹੀਂ ਤੁਸੀਂ ਮੈਮ ਮੈਨੂੰ ਭੰਗੜੇ ਦੇ ਵਿੱਚ ਪਾ ਦਿਓ, ਉਹ ਵੀ ਇੱਕ ਵਧੀਆ ਐਕਸਰਸਾਈਜ਼ ਹੈਗੀ, ਉੱਧਰ ਜਾ ਸਕਦੀ ਆ, ਪਰ ਇਹਨੇ ਜੋ ਮੈਂ ਭੰਗੜੇ ਵਿੱਚ ਪਾਇਆ ਬਹੁਤ ਹੀ ਜ਼ਿਆਦਾ ਇੰਟਰਸਟ ਲਿੱਤਾ ਇਹਨੇ, ਕਾਫੀ ਸ਼ੋਅ ਕੀਤਾ ਆਪਣਾ ਇੰਟਰਸਟ, ਅਤੇ ਅੱਜ ਇਹ ਬਹੁਤ ਵਧੀਆ ਕਰ ਰਹੀ ਆ, ਸਟੇਜ ਪਰਫੋਰਮੈਂਸ ਵੀ ਬੜੀਆਂ ਵਧੀਆ ਕਰ ਰਹੀ ਆ। ਐਜ਼ ਏ ਮਦਰ, ਤੁਸੀਂ, ਤੁਹਾਨੂੰ ਕਦੋਂ ਪਤਾ ਲੱਗਾ ਵੀ ਭੰਗੜਾ ਇਹਨੂੰ ਸ਼ੌਂਕ ਵੱਜਿਆ?
ਮੈਨੂੰ ਤਾਂ ਬਚਪਨ ਦੀ ਪਤਾ ਲੱਗ ਗਿਆ ਸੀ ਜਦੋਂ ਇਹ ਕੋਈ ਚੀਜ਼ ਡਿੱਗਦੀ ਤੇ ਇੱਦਾਂ ਇੱਦਾਂ ਕਰਨਾ ਇਹਨੇ ਹੱਥ ਹਿਲਾਉਣੇ ਪਤਾ ਲੱਗ ਗਿਆ, ਪਰ 3 ਸਾਲ ਤੋਂ ਮੈਨੂੰ ਸੀਗਾ ਵੀ ਹਾਂ ਇਹ ਕਰੂਗੀ ਕੁਛ, ਤਾਂ ਕਰਕੇ ਫਿਰ ਆਪਾਂ ਇਹਦਾ ਜਿਸ ਚੀਜ਼ ਨੇ ਮੈਨੂੰ ਇੰਟਰਸਟ ਸ਼ੋਅ ਕੀਤਾ ਆਪਾਂ ਉੱਥੇ ਉੱਥੇ ਇਹਦੇ ਨਾਲ ਨਾਲ ਗਏ, ਜਿੱਦਾਂ ਜਿੱਦਾਂ ਸਾਨੂੰ ਬੱਚੇ ਨੇ ਕਿਹਾ ਵੀ ਮੰਮਾ ਸਾਨੂੰ ਇੱਥੇ ਆ, ਇਹ ਮਤਲਬ ਕਿ ਖੁਦ ਹੀ ਦੇਖਦੀ ਆ ਪ੍ਰੋਗਰਾਮ ਵੀ ਮੰਮਾ ਅੱਜ ਇੱਥੇ ਆਹ ਹੋ ਰਿਹਾ ਆਹ ਹੋ ਰਿਹਾ, ਆਪਾਂ ਉੱਥੇ ਨਾਲ ਜਾਂਦੇ ਹਾਂ। ਇਸ ਤੋਂ ਇਲਾਵਾ ਹੋਰ ਕੀ ਸ਼ੌਂਕ ਨੇ ਇਹਦੇ? ਇਸ ਤੋਂ ਇਲਾਵਾ ਇਹਦੇ ਸ਼ੌਂਕ ਹੈਗੇ ਆ, ਪੇਂਟਿੰਗ ਬੜੀ ਵਧੀਆ ਕਰ ਲੈਂਦੀ ਆ ਇਹ, ਬਾਕੀ ਇਹ ਸਿੰਗਿੰਗ ਵੀ ਹਾਰਮੋਨੀਅਮ ਪਲੇ ਕਰਦੀ ਆ, ਉਹ ਵੀ ਕਰ ਰਹੀ ਆ, ਹਾਰਮੋਨੀਅਮ ਪਲੇ ਕਰ ਰਹੀ ਆ, ਨਿਤਨੇਮ ਵੀ ਅਸੀਂ ਸਾਨੂੰ ਪਤਾ ਲੱਗਾ ਵੀ ਕਰਦੀ ਆ। ਹਾਂਜੀ ਇਹ ਕਰ ਲੈਂਦੀ ਆ ਪਾਠ ਬਹੁਤ ਵਧੀਆ ਕਰਦੇ ਆ, ਇਹਨਾਂ ਦੀ ਰੂਟੀਨ ਹੈਗੀ ਆ ਕਿ ਇਹ ਰੋਜ਼ ਸੁਬਾਹ ਉੱਠ ਕੇ ਇਹਨਾਂ ਨੇ ਬਾਬਾ ਫਰੀਦ ਪਹਿਲਾਂ ਜਾ ਹੀ ਜਾਣਾ, ਫਿਰ ਆਪਣਾ ਧੂਫ ਬੱਤੀ ਕਰਕੇ ਆਪਣਾ ਵਧੀਆ ਕਰਦੇ। ਸੁਪਨਾ ਕੀ ਵੇਖਿਆ ਇਹਨੂੰ ਕੀ ਬਣਨਾ? ਮੈਂ ਤਾਂ ਸੁਪਨਾ ਵੇਖਿਆ ਸੀ ਕਿ ਇੱਕ ਅੱਛੇ ਰੈਂਕ ਦੀ ਆਫਿਸਰ ਬਣੇ, ਪਰ ਮੈਂ ਜਿਹੜਾ ਬੱਚੇ ਦਾ ਸ਼ੌਂਕ ਹੈ ਮੈਂ ਉਹਨੂੰ ਇਗਨੋਰ ਨਹੀਂ ਕਰਾਂਗੀ, ਇਹ ਆਪਣੀ ਕਹਿ ਰਹੀ ਹੈ ਵੀ ਮੈਂ ਆਪਣੀ ਅਕੈਡਮੀ ਕਰਨੀ ਹੈ ਮੰਮਾ, ਬੜੀ ਵਧੀਆ ਭੰਗੜਾ ਅਕੈਡਮੀ ਸਪੈਸ਼ਲੀ, ਕਿਉਂਕਿ ਇਹਨਾਂ ਕਾਫੀ ਸ਼ੋਅ ਦੇਖਦੀ ਆ ਟੀ ਵੀ 'ਤੇ, ਜਦੋਂ ਇਹ ਟੀ ਵੀ ਦੇ ਵਿੱਚ ਸ਼ੋਅ ਦੇਖਦੀ ਨੇ ਕਹਿੰਦੀ ਮੰਮਾ ਜਿਹੜੀਆਂ ਵੱਡੀਆਂ ਸਟੇਜਸ ਹੈਗੀਆਂ ਨੇ ਉਹਦੇ ਵਿੱਚ ਗਿੱਧਾ ਭੰਗੜਾ ਨਹੀਂ ਪੈਂਦਾ, ਪਰ ਇਹਦਾ ਸ਼ੌਂਕ ਹੈ ਕਿ ਮੈਂ ਵੱਡੀ ਸਟੇਜ 'ਤੇ ਉੱਪਰ ਜਿਹੜੇ ਵੈਸਟਰਨ ਦੇ ਵਿੱਚ ਜਾ ਕੇ ਮੈਂ ਗਿੱਧਾ ਭੰਗੜਾ ਕਰਨਾ। ਇਸ ਮੌਕੇ ਅਸੀਂ ਭੰਗੜਾ ਕੋਚ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਹਰਗੁਣ ਨੂੰ ਭੰਗੜਾ ਸਿਖਾਇਆ, ਉਹਨਾਂ ਨੇ ਕਿਹਾ ਕਿ ਬੱਚੇ ਦੇ ਵਿੱਚ ਬਹੁਤ ਟੈਲੈਂਟ ਸੀ ਪਰ ਕੋਈ ਸਹੀ ਢੰਗ ਦੇ ਨਾਲ ਉਸਨੂੰ ਸਿਖਾ ਨਹੀਂ ਪਾ ਰਿਹਾ ਸੀ, ਪਰ ਜਦ ਮੈਂ ਇਸਨੂੰ ਟ੍ਰੇਨ ਕਰਨਾ ਸ਼ੁਰੂ ਕੀਤਾ ਤਾਂ ਹਰ ਸਟੇਜ 'ਤੇ ਵਿਨਰ ਰਹੀ। ਅਸੀਂ ਭੰਗੜਾ ਬੈਟਲ 2 ਦੀ ਵਿੱਚ ਹਿੱਸਾ ਲਿੱਤਾ ਜਿੱਥੇ ਇਸਨੇ 55 ਕੰਪੀਟੀਟਰਸ ਨੂੰ ਪਛਾੜਿਆ। ਮੇਰਾ ਸੁਪਨਾ ਹੈ ਕਿ ਇਹੀ ਬ੍ਰਿਟੇਨ ਅਤੇ ਅਮੈਰੀਕਾ ਦੇ ਵਿੱਚ ਬਹੁਤ ਟੈਲੈਂਟ ਵਿੱਚ ਜਾਣ ਅਤੇ ਉੱਥੇ ਜਿੱਤ ਹਾਸਿਲ ਕਰਨ। ਮੇਰਾ ਨਾਮ ਹਰਿੰਦਰ ਸਿੰਘ ਮੌੜ ਔਰ ਮੈਂ ਮਲਵਈ ਗਿੱਧਾ ਔਰ ਭੰਗੜਾ ਕੋਚ ਹਾਂ ਇੱਥੇ ਫਰੀਦਕੋਟ। ਹਰਿੰਦਰ ਜੀ, ਬੱਚੀ ਬਾਰੇ ਦੱਸੋ, ਕਿਸ ਤਰ੍ਹਾਂ ਟ੍ਰੇਨ ਕੀਤਾ ਬੱਚੀ ਨੂੰ ਔਰ ਕਿਵੇਂ 6 ਸਾਲ ਦੀ ਇੱਕ ਬੱਚੀ ਭੰਗੜੇ ਦੇ ਵਿੱਚ ਆਈ? ਬੱਚੀ ਦਾ ਨਾਮ ਹਰਗੁਣ ਹੈ ਔਰ ਹਰਗੁਣ ਦੇ ਪੇਰੈਂਟਸ ਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹਦਾ ਸੁਪਨਾ ਸੀ ਕਿ ਮੈਂ ਭੰਗੜਾ ਪਾਵਾਂ ਔਰ ਸਟੇਜਾਂ ਦੇ ਉੱਪਰ ਜਿਹੜਾ ਹੈਗਾ ਆਪਦਾ ਨਾਮ ਰੌਸ਼ਨ ਕਰਾਂ। ਬੜੀ ਜਗ੍ਹਾ ਇਹਨਾਂ ਨੇ ਪਹਿਲਾਂ ਕੰਪੀਟੀਸ਼ਨ ਵੀ ਲੜੇ ਆ, ਟਰਾਈ ਵੀ ਕੀਤਾ, ਬੱਚਾ ਜੋ ਹੈ ਫਾਈਨਲ ਤੱਕ ਚਲਾ ਜਾਂਦਾ ਸੀ, ਦੈਨ ਇਹਨਾਂ ਦਾ ਇਹ ਪੁਜੀਸ਼ਨ ਨਹੀਂ ਆਉਂਦੀ ਸੀ ਕੋਈ, ਔਰ ਇਹਨਾਂ ਨੇ ਭਾਲ ਕਰਦੇ ਕਰਦਿਆਂ ਫਰੀਦਕੋਟ ਦੇ ਕਾਫੀ ਲੋਕਾਂ ਨੂੰ ਪੁੱਛਿਆ ਮੈਨੂੰ, ਮੈਂ ਖੁਦ ਪਰਫੋਰਮਰ ਹਾਂ, ਮੇਰਾ ਮਲਵਈ ਗਿੱਧਾ ਗਰੁੱਪ ਆ, ਔਰ ਮੈਂ ਇਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਅਤੇ ਮੈਨੂੰ ਮੌਕਾ ਦਿੱਤਾ ਕਿ ਇਸ ਬੱਚੇ ਨੂੰ ਤੁਸੀਂ ਜਿਹੜਾ ਹੈਗਾ ਟ੍ਰੇਨਿੰਗ ਦਿਓ। ਮੈਨੂੰ ਵੀ 22-23 ਸਾਲ ਹੋ ਗਏ ਪੰਜਾਬ ਦੇ ਸੱਭਿਆਚਾਰ ਲਈ, ਅਸੀਂ ਜੋ ਹੈ ਉਪਰਾਲੇ ਬੜੇ ਕੀਤੇ, ਮਤਲਬ ਉਸ ਨੂੰ ਸੱਭਿਆਚਾਰ ਨੂੰ ਸਾਂਭਣ ਦੇ ਲਈ ਅਸੀਂ ਮਲਵਈ ਗਿੱਧਾ ਗਰੁੱਪ ਬਣਾਇਆ, ਭੰਗੜਾ ਗਰੁੱਪ ਬਣਾਇਆ, ਜਿਹਦੇ ਨਾਲ ਜੋ ਅਲੋਪ ਹੁੰਦਾ ਜਾ ਰਿਹਾ ਜੋ ਪੰਜਾਬ ਦਾ ਸੱਭਿਆਚਾਰ ਉਹਨੂੰ ਸਾਂਭਿਆ ਜਾ ਸਕੇ। ਉਸੇ ਦੀ ਮਿਸਾਲ ਸਾਡੀ ਕੀਤੀ ਹੋਈ ਮਿਹਨਤ ਦੇ ਸਦਕਾ ਇੱਕ ਛੋਟੇ ਬੱਚੇ ਨੇ ਆਪਦੇ ਜਿਹੜਾ ਹੈਗਾ ਬਚਪਨ ਦੇ ਵਿੱਚ ਹੀ ਇੱਕ ਸੁਪਨਾ ਲਿਆ ਕਿ ਮੈਂ ਵੱਡਾ ਹੋ ਕੇ ਜਿਹੜਾ ਹੈਗਾ ਪੰਜਾਬ ਦੇ ਸੱਭਿਆਚਾਰ ਦੀ ਸੇਵਾ ਕਰਨੀ ਆ, ਔਰ ਸੱਭਿਆਚਾਰ ਦੇ ਲਈ ਉਹਦੇ ਲਈ ਜੋ ਇਹਦੇ ਵਿੱਚ ਭੰਗੜਾ ਗਿੱਧਾ ਬੋਲੀਆਂ ਉਹ ਸਾਰਾ ਕੁਛ ਜਿਹੜਾ ਹੈਗਾ ਇਹਨੂੰ ਮੈਂ ਆਪਦੇ ਅੰਦਰ ਸਮੋ ਕੇ ਪੂਰੇ ਪੰਜਾਬ ਪੂਰੇ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਸੱਭਿਆਚਾਰ ਨੂੰ ਲੈ ਕੇ ਜਾਣਾ। ਔਰ ਹਰਗੁਣ ਦੀ ਗੱਲ ਕਰੀਏ, ਇਹ 3 ਸਾਲ ਦੀ ਸੀ ਜਦੋਂ ਇਹ ਭੰਗੜਾ ਪਾਉਣ ਲੱਗ ਪਈ ਸੀਗੀ, ਔਰ ਜਦੋਂ ਇਹਦੇ 'ਤੇ ਮੈਨੂੰ ਮੌਕਾ ਮਿਲਿਆ ਇਹਨੂੰ ਟ੍ਰੇਨਿੰਗ ਦੇਣ ਦਾ, ਕੁਛ ਕੁ ਬਰੀਕੀਆਂ ਹੁੰਦੀਆਂ ਜਿਹੜੀਆਂ ਐਕਸਪੀਰੀਅੰਸ ਦੇ ਨਾਲ ਪਤਾ ਲੱਗਦੀਆਂ, ਮੈਨੂੰ ਜੋ ਪਤਾ ਸੀ ਕਿ ਕੰਪੀਟੀਸ਼ਨ ਦੇ ਫਾਈਨਲ ਦੇ ਵਿੱਚ ਕਿਹੜੀਆਂ ਕਿਹੜੀਆਂ ਬਰੀਕੀਆਂ ਰਹਿ ਜਾਂਦੀਆਂ ਜਿਹਦੇ ਕਰਕੇ ਪੁਜੀਸ਼ਨ ਨਹੀਂ ਆਉਂਦੀ, ਉਹ ਸਾਰੀਆਂ ਅਸੀਂ ਬੱਚੇ ਨੂੰ ਸ਼ੇਅਰ ਕੀਤੀਆਂ, ਉਹਨੂੰ ਸਿਖਾਈਆਂ ਕਿ ਇੱਥੇ ਇੱਥੇ ਆਏ ਇੱਦਾਂ ਹੁੰਦਾ, ਔਰ ਬਾਖੂਬੀ ਇਹਨੇ ਜੋ ਇਹਦੀ ਟ੍ਰੇਨਿੰਗ ਦੇ ਵਿੱਚ ਅਸੀਂ ਜੋ ਮੈਨੂੰ ਸਟੈਪ ਕਰਾਉਂਦਾ ਸੀ ਅਤੇ ਉਸ ਤੋਂ 4 ਗੁਣਾ ਵੱਧ ਪਰਫੋਰਮੈਂਸ ਇਹਨੇ ਸਟੇਜ 'ਤੇ ਕੀਤੀ, ਔਰ ਬੜਾ ਜਦੋਂ ਇਹ ਸਟੇਜ 'ਤੇ ਨੱਚ ਰਹੀ ਸੀ ਮੇਰੇ ਵੱਲੋਂ ਤਾਂ ਉਦੋਂ ਹੀ ਮੈਨੂੰ ਪਤਾ ਲੱਗ ਗਿਆ ਸੀ ਕਿ ਵਿਨ ਫਸਟ ਆਏਗੀ। ਔਰ ਕਿਹੜੇ ਕੰਪੀਟੀਸ਼ਨ 'ਚ ਹੁੰਦਾ ਕੀਤੀ ਇਹਨੇ? ਇੱਕ ਭੰਗੜਾ ਬੈਟਲ ਬਠਿੰਡਾ ਦੇ ਵਿੱਚ ਹੋਇਆ ਸੀਗਾ, ਉਸ ਤੋਂ ਪਹਿਲਾਂ ਤੀਆਂ ਦੇ ਪ੍ਰੋਗਰਾਮ ਹੁੰਦੇ ਆ ਫਰੀਦਕੋਟ, ਉੱਥੇ ਪਾਲ ਸਿੰਘ ਸਮਾਓ ਸਰ ਆਏ ਸੀਗੇ ਔਰ ਉਹਨਾਂ ਦੇ ਨਾਲ ਵੀ ਪਰਫੋਰਮ ਕੀਤਾ ਇਹਨੇ, ਅਤੇ ਜੋ ਛੋਟੇ ਛੋਟੇ ਕੰਪੀਟੀਸ਼ਨ ਹੁੰਦੇ ਰਹਿੰਦੇ ਨੇ ਹਰੇਕ 'ਚ ਪਾਰਟੀਸਪੇਟ ਕਰਦੀ ਹੈ। ਸਾਨੂੰ ਪਤਾ ਲੱਗਾ ਵੀ ਕੋਈ ਕੰਪੀਟੀਸ਼ਨ ਵਿੱਚ 55 ਬੱਚੇ ਭਾਗੀਦਾਰ ਸੀ, ਉਹਦੇ ਜੋ ਵਿਨਰ ਆਏ ਉਹ ਕੀ ਸੀ? ਹਾਂਜੀ, ਉਹ ਭੰਗੜਾ ਬੈਟਲ ਹੋਇਆ ਸੀ ਬਠਿੰਡਾ ਦੇ ਵਿੱਚ, ਉੱਥੇ ਪੂਰੇ ਪੰਜਾਬ ਭਰ ਤੋਂ ਬੱਚੇ ਆਏ ਸੀਗੇ, ਟੋਟਲ 55 ਬੱਚੇ ਫਾਈਨਲ ਦੇ ਵਿੱਚ ਸੀਗੇ ਔਰ ਉਹਨਾਂ 55 ਦੇ ਵਿੱਚ ਉਹ ਫਸਟ ਆਈ ਹੈ ਜੀ। ਅਤੇ ਤੁਹਾਡਾ ਵੀ ਕੋਈ ਸੁਪਨਾ ਹੋਊਗਾ ਵੀ ਬੱਚੇ ਨੂੰ ਕਿੱਥੋਂ ਤੱਕ ਦੇਖਣਾ ਚਾਹੁੰਦੇ? ਮੇਰਾ ਦੇਖੋ ਸੁਪਨਾ ਸਾਡੇ ਵੀ ਸੀਗੇ, ਸਾਡੇ ਵੇਰੇ ਇਹ ਸੀਗਾ ਕਿ ਬੱਚਿਆਂ ਨੂੰ ਅੱਜ ਦਿਆਂ ਨੂੰ ਬਹੁਤ ਜ਼ਿਆਦਾ ਪਲੇਟਫਾਰਮ ਹੈਗੇ ਆ, ਸਾਡੇ ਸਮੇਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ, ਜੇ
ਔਰ ਮੇਰਾ ਸੁਪਨਾ ਜੋ ਮੇਰਾ ਸੁਪਨਾ ਸੀ ਉਹ ਮੈਂ ਸੁਪਨਾ ਇੱਕ ਹਰਗੁਣ ਦੇ ਵਿੱਚ ਪੂਰਾ ਕਰਾਂਗਾ। ਮੇਰਾ ਸੁਪਨਾ ਸੀਗਾ ਕਿ ਵਿਦੇਸ਼ਾਂ ਦੀ ਧਰਤੀ 'ਤੇ ਜਾ ਕੇ ਜਿਹੜਾ ਹੈਗਾ ਭੰਗੜੇ ਨੂੰ ਜਿਹੜਾ ਪ੍ਰਮੋਟ ਕਰਾਂ, ਪੰਜਾਬ ਦੇ ਸੱਭਿਆਚਾਰ ਨੂੰ ਪ੍ਰਮੋਟ ਕਰਾਂ। ਮੇਰਾ ਹੁਣ ਇਹ ਸੁਪਨਾ ਕਿ ਜੋ ਅਮੈਰੀਕਾ ਗੋਟ ਟੈਲੈਂਟ ਚੱਲਦਾ ਹੈਗਾ ਉੱਥੇ ਹਰਗੁਣ ਨੂੰ ਮੈਂ ਲੈ ਕੇ ਜਾਵਾਂਗਾ, ਡੈਫੀਨੇਟਲੀ ਲੈ ਕੇ ਜਾਵਾਂਗਾ, ਉੱਥੇ ਸੁਪਨਾ ਪੂਰਾ ਕਰਾਂਗਾ। ਆਖਰੀ ਸਵਾਲ, ਵੈਸਟਰਨ ਅੱਜ ਕੱਲ੍ਹ ਕਾਫੀ ਹਾਵੀ ਹੋਇਆ ਪਿਆ ਅਤੇ ਉੱਥੇ ਭੰਗੜਾ ਇੱਕ ਨੂੰ ਤੁਸੀਂ ਜਿੰਦਾ ਰੱਖਿਆ? ਦੇਖੋ ਜੀ, ਕੋਈ ਵੀ ਪੰਜਾਬੀ ਜਾਂ ਹਿੰਦੀ ਜਾਂ ਕੋਈ ਵੀ ਹੁਣ ਤਾਂ ਬੋਲੀਵੁੱਡ ਮੂਵੀ ਵੀ ਬਿਨਾਂ ਢੋਲ ਤੋਂ ਬਿਨਾਂ ਭੰਗੜੇ ਤੋਂ ਜਿਹੜੀ ਉਹ ਸਕਸੈਸ ਨਹੀਂ ਹੁੰਦੀ। ਔਰ ਕੋਈ ਵੀ ਹਿੰਦੀ ਫਿਲਮ ਦੇਖ ਲਓ, ਉਹਦੇ ਵਿੱਚ ਇੱਕ ਪੰਜਾਬੀ ਗਾਣਾ ਪੰਜਾਬੀ ਢੋਲ 'ਤੇ ਗਾਣਾ ਜ਼ਰੂਰ ਹੋਏਗਾ। ਪੰਜਾਬੀ ਪੂਰੀ ਦੁਨੀਆ ਦੇ ਵਿੱਚ ਛਾਏ ਹੋਏ ਨੇ। ਇਸ ਪੰਜਾਬੀ ਨੂੰ ਔਰ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦੇ ਲਈ ਅਸੀਂ ਇਹ ਉਪਰਾਲੇ ਕਰ ਰਹੇ ਹਾਂ, ਔਰ ਮੇਰਾ ਸੁਪਨਾ ਪੂਰੇ ਵਿਦੇਸ਼ਾਂ ਦੀ ਧਰਤੀ 'ਤੇ ਜਾ ਕੇ ਵੀ ਪੰਜਾਬ ਦਾ ਸੱਭਿਆਚਾਰ ਪੂਰਾ ਜਿਹੜਾ ਹੈਗਾ ਫੈਲਾਇਆ ਜਾਵੇ। ਉੱਥੇ ਹੀ ਹਰਗੁਣ ਨੇ ਬੜੀ ਖੂਬਸੂਰਤੀ ਦੇ ਨਾਲ ਕਿਹਾ ਕਿ ਬੜੀ ਹੋ ਕੇ ਉਹ ਭੰਗੜਾ ਅਕੈਡਮੀ ਖੋਲ੍ਹਣਾ ਚਾਹੁੰਦੀ ਹੈ ਕਿਉਂਕਿ ਉਸਨੂੰ ਭੰਗੜਾ ਬਹੁਤ ਪਸੰਦ ਹੈ। ਕੀ ਬਣਨਾ ਚਾਹੁੰਦੇ ਹੋ? ਡਾਂਸਰ। ਡਾਂਸਰ ਅਕੈਡਮੀ। ਫਰੀਦਕੋਟ ਤੋਂ ਪ੍ਰੇਮ ਪਾਸੀ ਦੀ ਰਿਪੋਰਟ।